ਇਹ ਗੋਇੰਗ ਗੀਅਰਸ ਖੂਬ ਮਜ਼ੇਦਾਰ ਹੈ। ਲੋੜ ਹੈ ਪਲਾਸਟਿਕ ਦੀ ਸ਼ੀਟ, ਪੁਰਾਣੀ ਬੋਤਲ, ਕਾਰਗੋਰੇਟਡ ਕਾਗਜ਼ ਅਤੇ ਕੁਝ ਹੋਰ ਸਮਾਨ ਦੀ। ਪੱਖਾ ਪੁਰਾਣੀ ਪਲਾਸਟਿਕ ਦੀ ਬੋਤਲ ਦੇ ਨਾਲ ਬਣਾਇਆ ਗਿਆ ਹੈ। ਇੱਕ ਛੋਟਾ ਪੀਲਾ ਗੀਅਰ ਹੇਠੋਂ ਜੋ ਕਿ ਇਸ ਦੇ ਨਾਲ ਹੀ ਜੋੜਿਆ ਹੋਇਆ ਹੈ। ਗੀਅਰ ਨੂੰ ਕਾਰਗੋਰੇਟਡ ਕਾਗਜ਼ ਦੀ ਵਰਤੋਂ ਦੇ ਨਾਲ ਟੇਪ ਨਾਲ ਜੋੜ ਕੇ ਬਣਾਇਆ ਹੈ। ਦੋਵੇਂ ਗੀਅਰ ਇੱਕ ਦੂਸਰੇ ਨਾਲ ਰਗੜ ਨਾਲ ਚੱਲਣਗੇ। ਇਹ ਇੱਕ ਦੂਸਰੇ ਦੇ ਨਾਲ ਛੂ ਕੇ ਰਗੜ ਬਣਾਉਂਦੇ ਹਨ, ਜਿਸ ਦੇ ਚਲਦੇ ਇਹ ਗੇਅਰ ਬਦਲਦੇ ਹਨ। ਇੱਕ ਇਹ ਇਸਦਾ ਉੱਪਰਲਾ ਇਹ ਇਸਦਾ ਨੀਚਲਾ ਦ੍ਰਿਸ਼ ਹੈ ਅਤੇ ਇਹ ਇਸਦਾ ਉੱਪਰਲਾ ਦ੍ਰਿਸ਼ ਹੈ। ਵੱਡੇ ਗੇਅਰ 'ਤੇ ਇੱਕ ਹਰੇ ਰੰਗ ਦਾ ਬੰਦਾ ਬਣਾ ਕੇ ਬਿਠਾਇਆ ਗਿਆ ਹੈ। ਜੇ ਤੁਸੀਂ ਇਸ ਨੂੰ ਛੱਤ ਦੇ ਪੱਖੇ ਹੇਠਾਂ ਕਰਦੇ ਹੋ ਤਾਂ ਇਹ ਬੋਤਲ ਪ੍ਰੋਪੈਲਰ ਘੁੰਮੇਗਾ ਅਤੇ ਆਦਮੀ ਵੀ ਘੁੰਮੇਗਾ।